ਸਤਿ ਸ਼੍ਰੀ ਅਕਾਲ ਜੀ ਐਂਡ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ। ਔਰ ਅੱਜ ਹੈ 13th April ਔਰ ਯਹਾਂ ਪਰ ਬੋਤਸਵਾਨਾ ਮੇ ਨਗਰ ਕੀਰਤਨ ਅਖੰਡ ਪਾਠ ਚੱਲ ਰਿਹਾ। ਅਖੰਡ ਪਾਠ ਕੱਲ੍ਹ ਸੇ ਸ਼ੁਰੂ ਹੋ ਚੁੱਕਾ ਹੈ, ਫਰਾਈਡੇ ਸੈਟਰਡੇ ਸੰਡੇ 3 ਦਿਨ ਚੱਲਣੇ ਵਾਲਾ ਹੈ। ਔਰ ਅੱਜ ਹੈ ਨਗਰ ਕੀਰਤਨ, ਤੋ ਬਸ ਅਭੀ ਮੈਂ ਨਿਰਭੇ ਰੈਡੀ ਹੋ ਕਰ ਜਾ ਰਹੇ ਹਾਂ ਗੁਰਦੁਆਰੇ ਦਰਸ਼ਨ ਕਰ। ਲਾਸਟ ਵੀਕ ਆਪਨੇ ਦੇਖਾ ਤਾਂ, ਜੋ ਲਾਸਟ ਵਲੌਗ ਮੇ ਸਪੋਰਟਸ ਡੇ ਥਾ, ਵੋ ਸੈਲੀਬ੍ਰੇਸ਼ਨ, ਵੋ ਸਾਰਾ ਵਿਸਾਖੀ ਕੇ ਲਿਏ ਹੀ ਹੁਆ ਥਾ। ਅਭੀ ਵੀ ਰੈਡੀ ਹੋ ਰਹੇ ਹੈ ਫਟਾਫਟ, ਔਰ ਅਬ ਹਮਾਰੇ ਬੁਲੰਸ ਨਿਕਲ ਚੁੱਕੇ ਹੈ ਕਿਉਂਕਿ ਬਾਹਰ ਕਾਫੀ ਠੰਡਾ ਹੋ ਚੁੱਕਾ ਹੈ। ਬਸ ਅਭੀ ਹਮ ਲੋਗ ਨਿਕਲ ਰਹੇ ਹੈ ਔਰ ਬਾਹਰ ਕਾਫੀ ਵਿੰਡੀ ਹੈ ਅੱਜ, ਪਲੇਜ਼ੈਂਟ ਹੈ ਵੈਦਰ, ਨਾ ਤੋ ਗਰਮੀ ਹੈ ਔਰ ਨਾ ਠੰਡਾ, ਥੋੜਾ ਸਾ ਸੁਬਹ ਥਾ ਬਟ ਅਭੀ ਠੀਕ ਹੈ। ਤੋ ਅਭੀ ਹਮ ਲੋਗ ਗੁਰਦੁਆਰਾ ਸਾਹਿਬ ਮੇ ਪਹੁੰਚ ਚੁੱਕੇ ਹੈ ਔਰ ਨਿਰਭੇ ਸੋ ਗਿਆ, ਸੁਬਹ ਜਲਦੀ ਵੀ ਉੱਠਾ ਹੋਇਆ ਕਿਉਂਕਿ ਅੱਜ ਉਹ ਇੱਕ 6 ਵਜੇ ਸੁਬਹਾ 6 ਵਜੇ ਸ਼ਾਖਾ ਵਾਲੀ ਕੋਈ ਕਲਾਸ, ਮਤਲਬ ਐਕਟੀਵਿਟੀ ਥੀ, ਕ੍ਰਿਕਟ ਥਾ ਵੈਸੇ ਤੋ, ਪਰ ਵਹਾਂ ਗਿਆ ਹੁਆ ਥਾ ਤੋ ਇਸੀ ਲਈ ਅਭੀ ਉਸਕੋ ਨੀਂਦ ਆ ਰਹੀ। ਔਰ ਅੱਜ ਕੱਲ੍ਹ ਇਤਨਾ ਕੁਛ ਚੱਲ ਰਿਹਾ ਨਾ, ਮਤਲਬ ਨਵਰਾਤਰੇ ਔਰ ਇੱਕ ਗੁਰੂ ਮਹਾਰਾਜ ਆਏ ਹੋਏ ਇੰਡੀਆ ਸੇ ਐਂਡ ਗੁਰਦੁਆਰੇ ਕੇ ਵੀ ਇਵੈਂਟਸ ਚੱਲ ਰਹੇ ਥੇ, ਨਿਰਭੇ ਕਾ ਨਿਊ ਈਅਰ ਕਾ ਸੈਲੀਬ੍ਰੇਸ਼ਨ, ਹਿੰਦੂ ਨਵਵਰਸ਼ ਕੀ ਤਿਆਰੀ ਜੋ ਕਿ ਪ੍ਰੋਗਰਾਮ ਕੱਲ੍ਹ ਹੈ ਉਹ ਵੀ ਚੱਲ ਰਿਹਾ ਹੈ, ਬਹੁਤ ਸਾਰੀ ਚੀਜ਼ਾਂ ਚੱਲ ਰਹੀ ਹੈ। ਤੋ ਅੱਜ ਕੱਲ੍ਹ ਇਤਨਾ ਵੀ ਟਾਈਮ ਨਹੀਂ ਹੋ ਨਿਕਲ ਪਾਤਾ, ਕਈ ਵਾਰ ਕਿ ਘਰ ਪਰ ਵੀ ਕਾਲ ਕਰਦੇ ਉਹ ਵੀ ਦੌੜਤੇ ਭਾਗਤੇ ਮੁਸ਼ਕਿਲ ਸੇ, ਘਰ ਸੇ ਹੀ ਆ ਜਾਤੀ ਹੈ ਕਾਲ। ਤੋ ਬਸ ਅਭੀ ਅੰਦਰ ਜਾਤੇ ਆਪਕੋ ਦਰਸ਼ਨ ਕਰਵਾਤੇ ਹੈ ਔਰ ਹਮ ਪਹੁੰਚ ਗਏ, ਮਤਲਬ ਮੈਂ ਪਹਿਲੀ ਵਾਰ ਆਈ ਹੂੰ, ਨਹੀਂ ਤੋ ਹਮੇਸ਼ਾ ਹਮ ਲੋਕ ਸਾਥ ਮੇ ਹੀ ਆਤੇ ਹੈ। ਤੋ ਬਸ ਸਾਥ ਸਾਥ ਫੋਨ ਵੀ ਆ ਰਿਹਾ ਥਾ ਕਿ ਪਹੁੰਚ ਕੇ ਨਹੀਂ ਪਹੁੰਚੇ ਪਹੁੰਚ ਕੇ, ਕਿਉਂਕਿ ਥੋੜ੍ਹਾ ਸਾ ਦੂਰ ਹੈ ਹਮਾਰੇ ਘਰ ਸੇ ਕਾਫੀ ਗੁਰਦੁਆਰਾ ਔਰ ਅਲੱਗ ਸੇ ਏਰੀਆ ਮੇ। ਤੋ ਬਸ ਅਭੀ ਕਰਵਾਤੇ ਹੈ ਔਰ ਤਿਆਰੀਆਂ ਕਾਫੀ ਜ਼ੋਰ ਸ਼ੋਰ ਸੇ, ਮਤਲਬ ਮੁਝੇ ਦਿਖ ਰਿਹਾ ਯਹਾਂ ਪਰ ਬਸ ਵਗੈਰਾ ਵੀ ਖੜੀ ਹੋਈ ਹੈ, ਤੋ ਅੰਦਰ ਕਰ ਚਲਤੇ ਹੈ। ਗੁਰਦੁਆਰੇ ਕੋ ਬਹੁਤ ਸੁੰਦਰ ਸੇ ਸਜਾਇਆ ਹੋਇਆ ਜੋ ਕਿ ਰਾਤ ਕੋ ਔਰ ਅੱਛੇ ਸੇ ਦਿਖੇਗਾ। ਤੋ ਯਹਾਂ ਕਾ ਗੁਰਦੁਆਰਾ ਦਿਖਾ ਦੇਤੇ ਹੈ ਔਰ ਬੱਚੇ ਵੀ ਪਿਆਰੇ ਪਿਆਰੇ ਸਜ ਕਰ ਆਏ ਹੋਏ। ਦੇਖੋ ਚੀਜ਼ ਹਮ ਭੁੱਲ ਗਏ, ਨਿਰਭੇ ਕਾ ਹੈਂਕੀ ਲਾਣਾ ਭੁੱਲ ਗਏ ਜਲਦੀ ਜਲਦੀ ਮੈਂ, ਬਟ ਯਹਾਂ ਮਿਲ ਜਾਤੇ ਹੈ ਸਰ ਢਕਨੇ ਕੇ ਲੀਏ। ਕੜਾ ਪ੍ਰਸ਼ਾਦ ਮਿਲ ਗਿਆ, ਦਰਸ਼ਨ ਕਰਵਾ ਕੇ ਜੀ। ਤੋ ਇਹ ਯਹਾਂ ਕਾ ਸ਼ਯਨ ਕਕਸ਼, लंगर प्रसाद में हम लोग खा रहे हैं कढ़ी चावल सैलेड। और तो अभी हमारा लंगर प्रसाद हो चुका है और बस अभी हम वेट कर रहे हैं नगर कीर्तन का जो शुरुआत होने वाली है, बस अभी क्योंकि वर्किंग डेज है तो ऑफिस आते आते सबको थोड़ा टाइम लगेगा, तो शायद वेट कर रहे हैं। को बुलाया, वो कह रहे हैं उनके उसके सिर पे पग बांधते हैं और एक फ्लैग देते हैं, ऑरेंज पटका बांध रहे हैं। ये दिस वन लुक्स नाइस नियर। तो ये निर्भय का पटका आ गया है, इस पर कुछ पंजाबी में लिखा जो कि हमें नहीं पता है कि एक्चुअली क्या लिखा हुआ। श्रीकाल जी, वाहेगुरु जी का खालसा, वाहेगुरु जी की फतेह। दास गुरपाल सिंह रबाबी, हजूरी रागी श्री दरबार साहब तरन तारण साहब। तो बड़ी खुशी हो रही है अज खालसा सिरजना दिवस के मौके पर बोटसवाना की सारी साध संगत ने सानू इतने बुलाया कीर्तन वास्ते। तो अज सतगुरु जी की अपार कृपा के नाल ਨਗਰ ਕੀਰਤਨ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ, ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹ ਹੁਣ ਨਿਕਲੇਗਾ। ਥੋੜ੍ਹੀ ਦੇਰ ਤੱਕ ਨਗਰ ਕੀਰਤਨ ਦੀ ਰਵਾਨਗੀ ਹੈ, ਸੋ ਸਾਰੀ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀ ਹੈ, ਚੜ੍ਹਦੀ ਕਲਾ ਹੈ। ਅਤੇ ਦਾਸ ਦਾ ਜਥਾ ਵੀ ਜਿਹੜਾ ਹੈ ਨਗਰ ਕੀਰਤਨ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰੇਗਾ। ਇੱਕ ਜਿਹੜਾ ਸਾਡਾ ਸਿੰਘ ਹੈ ਉਹ ਪੰਜਾਂ ਪਿਆਰਿਆਂ ਦੇ ਵਿੱਚ ਵੀ ਸਤਿਗੁਰੂ ਨੇ ਕਿਰਪਾ ਕਰਕੇ ਸੇਵਾ ਲਈ ਹੈ, ਸੋ ਗਰੀਬ ਨਿਵਾਜ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਮੁੱਚੇ ਖਾਲਸਾ ਪੰਥ ਨੂੰ।
ਖਾਲਸਾ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ, ਆਪਣੇ ਪੰਥ ਦੀ ਬੜੀ ਆਪ ਕਰਨ, ਸਤਿਗੁਰੂ ਜੀ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੂ, ਔਰੇਂਜ ਐਂਡ ਵਾਈਟ ਕਲਰ, ਬਸ ਇਹ ਤਿੰਨ ਚਾਰ ਕਲਰ ਹੀ ਦਿਖ ਰਹੇ ਸਨ। ਗੁਰੂ ਗ੍ਰੰਥ ਸਾਹਿਬ ਜੀ ਕੋ ਲੇਕਰ ਆ ਰਹੇ ਪਾਠ ਕੇ ਸਾਥ। ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਆਗਿਆ ਬਖਸ਼ਿਸ਼ ਕਰੋ, ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਅੰਗ ਸੰਗ ਸਹਾਈ ਹੋਣਾ, ਆਪਣਾ ਨਾਮ ਜਪਾਉਣਾ, ਰਸਤੇ ਵਿੱਚ ਜੋ ਜੀਵ ਮਿਲਣ ਆਪ ਜੀ ਦੇ ਸੇਵਕ ਹੋ ਕਰਕੇ ਮਿਲਣ ਸਤਿਗੁਰੂ ਜੀ, ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਅੰਗ ਸੰਗ ਸਹਾਈ ਹੋਣਾ, ਮਿਹਰ ਭਰੇ ਹੱਥ ਰੱਖਣੇ ਸਤਿਗੁਰੂ ਜੀ, ਇਸ ਵਕਤ ਕਿਰਪਾ ਕਰੋ ਆਪ ਜੀ ਨਗਰ ਕੀਰਤਨ ਪ੍ਰਾਰੰਭ ਕਰਨ ਲਈ ਆਗਿਆ ਬਖਸ਼ਿਸ਼ ਕਰੋ, ਸੁੱਖ ਹੋਵੇ ਨਾਮ ਚੇਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਤੇਜ ਬਾਣਿਆਂ ਦੇ ਮਾਣ ਦੇ ਦਾਣਿਆਂ ਦੇ ਦਾਨ ਨਿਮਟਿਆਂ ਦੀ ਕੋਟ ਗੁਰੂ ਜੀ ਨਿਵਾਸ ਪੰਜਾਂ ਪਿਆਰੇ ਜਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਡੀਆਂ ਜੱਗੀਆਂ ਪੰਗੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਕਲਾਈ ਦੇ ਵਾਹੀ ਦੇਖ ਕੇ ਉਹਨੇ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਹਨਾਂ ਦੇ ਸੋਨਿਆਲ ਬੋਲੇ।
ਅੰਤ ਮਿਲੇ ਸੁਖ ਪਾਇਆ ਵਸ ਪ੍ਰਾਪਤ ਹੋਈ। अभी हमको ड्राई फ्रूट्स भी दिए हैं रिफ्रेशमेंट के लिए और सामने चल रहे हैं कीर्तन, मजा आ रहा है। वी आर मिसिंग पापा निर्भय एक्चुअली। अभी हमने पूरा राउंड नहीं लिया, हाफ वे करके आगे, क्योंकि मुझे निर्भय को छोड़ना है, उसकी क्लास है इम्पोर्टेंट वाली, जो मैंने बताया था न्यू ईयर प्रैक्टिस चल रही है, तो वहाँ छोड़ कर आकर फिर देखते हैं कैसे आते हैं। तो बस अभी मैं लेकर जा रही हूँ निर्भय को, निर्भय की प्रैक्टिस क्लास में फटाफट, देखती हूँ अगर टाइमली यहाँ वापस आ पाए, नहीं तो फिर रात को ही आऊँगी निर्भय के डैड के साथ दर्शन करने। जल्दी से लेकर चलते उसको। आ गए मैच खेल कर अपना, हार गए नहीं, जीत गए, वेल डन। हाथ भी में थोड़ा सा प्रसाद मिला, वो तो मिलता ही है हर बार। और फिर कल मैच है, फाइनल में। हाँ, फाइनल, फाइनल है कल 1 बजे निर्भय। या फिर कैसे करेंगे, तो जाएंगे, निर्भय का प्रोग्राम भी है कल। तो अभी फ्रेशन अप होकर कहाँ जा रहे हैं, क्योंकि इनके दर्शन नहीं हुए थे, तो अभी वैसाखी के गुरुद्वारे जा रहे हैं दर्शन, तो आपको रात का व्यू भी दिखा रही। दर्शन कर लूं, कल फिर मैच है, कल फिर मैच। और कितना सुंदर लग रहा है रात को, आज चल रहा है इधर।
ਗੁਰੂ ਮਹਾਰਗ ਪਛੇ ਪਚਾਈ ਹੈ, ਛੋਟੇ ਨਿੰਦਾ ਤਾਤ ਪਰਾਈ, ਪੜ ਪੜ ਦੂਜੇ ਸਾਥ ਨਾ ਆਈ, ਮੈਂ ਸਤ ਸੰਗਤ ਸਤ ਸੰਗਤ ਨਾਮ ਸਲਾਹੁ। ਤੋ ਅਭੀ ਯਹਾਂ ਪਰ ਚੱਲ ਰਿਹਾ ਅਖੰਡ ਪਾਠ, ਜੋ ਕਿ ਕੱਲ ਸਮਾਪਤ ਹੋਗਾ, ਔਰ ਅਭੀ ਜਾ ਰਹੇ ਹਮ ਲੋਕ ਨੀਚੇ ਜਹਾਂ ਪਰ ਕੀਰਤਨ ਚੱਲ ਰਿਹਾ ਹੈ, ਔਰ ਆਪਕੋ ਕੀਰਤਨ ਸੇ ਨਿਹਾਲ ਕਰਤੇ ਹੈ, ਚਲਿਏ। तो अभी शयन कक्ष में ले जा रहा ना, तो हमने थोड़ा लेट हो गया, कीर्तन तो मिस कर दिया, बट दिस वॉज सुखासना सेवा थी। तो अभी लंगर प्रसाद की सेवा बढ़ती जा रही है। आपने देखा, हमने पूरी कोशिश की, बट कुछ कुछ चीज़ें रह गई लाइक कीर्तन एंड ऑल, बट कोशिश यही थी कि आपको दिखाए या किस तरीके से वैसाखी का सेलिब्रेशन होता है। एंड आई होप आपको आज की वीडियो अच्छी लगी हो। ऐसी ही बहुत सारी वीडियोस देखने के लिए चैनल को सब्सक्राइब कर लीजिए। जल्दी मिलते हैं नई वीडियो में। टिल देन टेक केयर, बाय बाय, राधे राधे एंड सत श्री अकाल। सारे मेरे सारे फ्रेंड्स और परिवार को वैसाखी की लख लख बधाइयां हो, और गुरु महाराज सबको ब्लेस करें, और हैप्पी वैसाखी डे। साखी दी लख लख वधाइयां, सत श्री अकाल, राधे राधे।